गुरु प्यारी साध संगत जी हो ये वीर बेअंत सिंह जो बीमार हो गया है इसनू डेरा कर सेवा वाले बाबे जेतो विखे ये गजा लियाउण दी सेवा करदा सी। तकरीबन 8 किल्यां दा मालक है ते इस दा इस वक्त जिहड़ा बहुत मंदा हाल है बेचारे दा, शरीर कतार ते नगन पिया है, कोई इहदे शरीर दे उत्ते आ देखो तुसीं कोई कपड़ा है नहीं ये बेचारे दे ते ना कोई लीड़ा है ये बेचारे दा, मंदा हाल देखो तुसीं आ देखो असीं वेख्या आ देखो तुसीं इहदी लैटरीन आ जिहड़ी ਉਹ ਥੱਲੇ ਨਿਕਲੀ ਜਾਂਦੀ ਹੈ, ਕੋਈ ਲੈਟਰੀਨ ਨਹੀਂ ਚੱਕਦਾ ਗਾ, ਲੈਟਰੀਨ ਆ ਜੀ ਇਹਦੀ ਥੱਲੇ ਜਿਹੜੀ ਪਈ ਹੈ। ਆਹ ਜਿਹੜਾ ਕਮਰਾ ਤੁਸੀਂ ਦੇਖੋ ਇਹਦਾ ਕਮਰਾ ਵਿਚਾਰੇ ਦਾ ਜਿਹਦੇ ਵਿੱਚ ਪਿਆ ਹੈ, ਆਹ ਪੁੰਜੇ ਦੇ ਕੱਪੜੇ ਪਏ ਆ ਵਿਚਾਰੇ ਦੇ, ਆਹ ਹਾਲ ਹੈ ਇਹਦਾ, ਐਡੀ ਮੰਦੀ ਹਾਲਤ ਦੇ ਵਿੱਚ ਇਹ ਬੰਦਾ ਪਿਆ ਹੈਗਾ। ਦੇਖੋ ਇਨਸਾਨੀਅਤ ਜਮ੍ਹਾਂ ਮਰ ਚੁੱਕੀ ਹੈ ਇਸ ਵਕਤ। 8 ਕਿੱਲੇ ਪੈੜੀ ਦੇ ਇਸ ਬੰਦੇ ਨੇ 8 ਕਿੱਲੇ ਆਪਦੇ ਪੁੱਤ ਨੂੰ ਦਿੱਤੇ ਆ, 2 ਗੱਡੀਆਂ ਪੁੱਤ ਦੇ ਕੋਲ, ਕੋਈ ਵੀ ਇਸ ਬੰਦੇ ਨੂੰ ਸਾਂਭ ਨਹੀਂ ਰਿਹਾ। ਐਡੀ ਮੰਦੀ ਹਾਲਤ ਹੈ, ਜਦੋਂ ਅਸੀਂ ਗਏ 2 ਗਲਾਸ ਪਾਣੀ ਦੇ ਵਿਚਾਰਾ ਪੀ ਗਿਆ, ਕਹਿੰਦਾ ਮੈਨੂੰ ਪਹਿਲਾਂ ਪਾਣੀ ਪਿਆਓ, ਜਿਸ ਕਰਕੇ ਬਹੁਤ ਮੰਦੀ ਹਾਲਤ ਹੈ। ਬੇਅੰਤ ਤੈਨੂੰ ਰੋਟੀ ਪਾਣੀ ਖਵਾਉਂਦੇ ਚੱਜ ਨਾਲ? ਰੋਟੀ ਪਹਿਲਾਂ 4 ਖਾਂਦਾ ਹੁੰਦਾ ਸੀ, ਹੈਂ ਪਹਿਲਾਂ 4 ਰੋਟੀ ਖਾਂਦਾ ਸੀਗਾ, ਹਾਂ ਸਾਲ ਹੋ ਗਿਆ। ਉਹ ਤੇਰਾ ਭਲਾ ਹੋ ਜੇ ਤੇ ਬਸ ਆਈ ਪਿਆ ਰਹਿਣਾ ਹੈ। ਤੈਨੂੰ ਕੋਈ ਦਵਾਈ ਬੂਟੀ ਕੋਈ ਨੀ ਦਿੰਦੇ? ਅੱਛਾ ਫਿਰ ਮੰਦਾ ਬੁਰਾ ਹਾਲ ਹੋ ਜਾਂਦਾ, ਕੋਈ ਦਵਾਈ ਬੂਟੀ ਨਹੀਂ ਤੈਨੂੰ? ਹੈ ਦੇਖੋ ਮਨੁੱਖਤਾ ਵੀਰ ਜੀ, ਵੇਖੋ ਮਨੁੱਖਤਾ ਮਰ ਚੁੱਕੀ ਹੈ। 8 ਕਿੱਲੇ ਇਸ ਬੰਦੇ ਦੇ ਪੈਲੀ ਦੇ ਮਾਲਕ ਹੈ, ਵਸੀਅਤ ਇਹਨੇ ਕਰਵਾ ਦਿੱਤੀ ਅਤੇ ਇਸ ਵਕਤ ਨਾ ਇਹਦੇ ਘਰ ਵਾਲੀ ਹੈ ਜਿਹੜੀ ਜਨਾਨੀ, ਇੱਕ ਵਾਰੀ ਵੀ ਇਹ ਬੰਦੇ ਦੇ ਕੋਲ ਨਹੀਂ ਆਈ, ਇਹਦਾ ਦੁੱਖ ਸੁੱਖ ਨਹੀਂ ਪੁੱਛਿਆ। ਮੁੰਡਾ ਉਹਦੇ ਕੋਲ 2 ਟਰੱਕ ਹੈ, ਚੰਗੀ ਜਾਇਦਾਦ ਦਾ ਮਾਲਕ ਹੈ ਅਤੇ ਇਹ ਬੰਦਾ ਵਿਚਾਰਾ ਇਸ ਤਰ੍ਹਾਂ ਅੰਦਰ ਆ। ਦੇਖੋ ਤੁਸੀਂ ਇਹਦੀ ਹਾਲਤ ਦੇਖ ਲਓ ਵਿਚਾਰੇ ਦੀ, ਮੰਜੇ ਦੇ ਉੱਤੇ ਪਿਆ ਹੈ, ਟੁੱਟੇ ਮੰਜੇ ਦੇ ਉੱਤੇ ਪਿਆ ਹੈਗਾ ਵਿਚਾਰਾ, ਅਤੇ ਲੈਟਰੀਨ ਆ ਜਿਹੜੀ ਇਹਦੀ ਵਿਚਾਰੇ ਦੀ ਬਾਹਰ ਨਿਕਲੀ ਜਾਂਦੀ ਹੈ। ਆਹ ਹਾਲਤ ਹੈ ਬੰਦੇ ਦਾ, ਦੇਖੋ ਜੀ ਮਨੁੱਖਤਾ ਦਾ ਘਾਣ ਹੋ ਚੁੱਕਾ ਹੈ ਇਸ ਵਕਤ। ਅੰਮ੍ਰਿਤਧਾਰੀ ਬੰਦਾ ਸੀਗਾ ਇਹ ਵਿਚਾਰਾ, ਜਿਹੜੀ ਇਹਦੀ ਮੰਦੀ ਹਾਲਤ ਹੋ ਚੁੱਕੀ ਹੈ ਵਿਚਾਰੇ ਦੀ, ਬਹੁਤ ਹੀ ਜ਼ਿਆਦਾ ਮੰਦੀ ਹਾਲਤ ਹੋ ਚੁੱਕੀ ਹੈ। ਬਾਬਾ ਜੀ ਹੈ ਜੀ, ਬਾਬਾ ਬੇਅੰਤ ਸਿੰਘ ਜੀ ਜੀ ਜਿਹਨਾਂ ਦੇ ਘਰ ਚ ਪਹੁੰਚੇ ਹਾਂ ਜੀ ਅਸੀਂ, ਤੇ ਆਹ ਬਾਬਾ ਜੀ ਦੇ ਹਾਲਾਤ ਆ ਜੀ, ਤੇ ਇਹ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਕਿਹੜੇ ਹਾਲਾਤ ਦੇ ਵਿਚ ਪਏ ਆ ਜੀ, ਤੇ ਬਾਬਾ ਜੀ ਦਾ ਥੋੜਾ ਧੱਕਿਓ ਕੁਛ ਕੱਪੜਾ ਪਿਆ, ਕੱਪੜਾ ਰੱਖ ਦੋ, ਤੇ ਬਾਬਾ ਜੀ ਦੀ ਜਿਹੜੀ ਕੰਡੀਸ਼ਨ ਆ ਇਸ ਟਾਈਮ ਬਿਲਕੁਲ ਹੀ ਬਿਨਾਂ ਕੱਪੜਿਆਂ ਤੋਂ ਪਏ ਆ ਜੀ, ਤੇ ਬਾਬਾ ਜੀ ਦੀ ਹਾਲਤ ਆ ਜਿਹੜੀ ਤੁਸੀਂ ਦੇਖ ਸਕਦੇ ਹੋ ਕੀ ਆ ਜੀ, ਯਾਨੀ ਕਿ ਵਾਹਿਗੁਰੂ ਕਿਰਪਾ ਕਰਨ ਏਦਾਂ ਦਾ ਨਰਕ ਨਾ ਕਿਸੇ ਨੂੰ ਮਿਲੇ ਜੀ। ਇਹ ਆ ਜੀ ਬੇਅੰਤ ਸਿੰਘ ਢਿੱਲੋਂ ਬਾਬਾ ਜੀ, ਤੇ ਜਿਹਦੇ 2 ਪੁੱਤਰ ਸੀ, ਇੱਕ ਪੁੱਤਰ ਨੇ ਖੁਦਕੁਸ਼ੀ ਕਰ ਲਈ, ਵੀਰ ਉਹਨੇ ਦੱਸਦੇ ਸਾਡੇ ਜਿਹੜੇ ਬਾਬਾ ਜੀ ਤੁਹਾਡਾ ਕੀ ਨਾਂ ਜੀ ਅੰਕਲ? ਸਾਧੂ ਸਿੰਘ ਜੀ। ਸਾਧੂ ਸਿੰਘ ਜੀ, ਇਹ ਬਾਈ ਜੀ ਕਾਰ ਸੇਵਾ ਕਿੱਥੇ? ਬਾਬੇ ਕਾਰ ਸੇਵਾ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਜੀ, ਉਹਨਾਂ ਦੀ ਸੇਵਾ ਕਰਦੇ ਹੁੰਦੇ ਸੀਗੇ, ਮਤਲਬ ਕਿ ਗਜੇ ਪਾਣੀ ਦੀ ਜੀ। ਕਿੰਨੇ ਸਾਲ ਕੀਤੀ ਜੀ ਇਹਨਾਂ? ਇਹਨਾਂ ਨੇ ਤਾਂ ਸਾਰੀ ਜ਼ਿੰਦਗੀ ਕੱਢਤੀ ਜੀ। ਓਕੇ ਜੀ, ਹਾਂਜੀ ਹਾਂਜੀ। ਤੇ ਹੁਣ ਜਾਨੀ ਕਿ ਬਾਬਾ ਜੀ ਨੂੰ ਕਿੰਨੇ ਮਹੀਨੇ ਹੋ ਗਏ ਜੀ ਇੱਥੇ ਪਿਆ? ਇਹਨਾਂ ਨੂੰ ਸਾਲ ਹੋ ਗਏ, ਢਿੱਲੇ ਹੋ ਗਏ ਸੀਗੇ ਜੀ ਇਹ ਜੀ। ਤੇ ਉਸ ਸਮੇਂ ਤਾਂ ਅਸੀਂ ਆਪਣਾ ਗੁਰਦੁਆਰਾ ਸਾਹਿਬ ਡੇਰਾ ਸਾਹਿਬ ਵੀ ਉੱਥੇ ਸੇਵਾ ਕਰਦੇ ਰਹੇ ਇਹਨਾਂ ਦੀ, ਤੇ ਫਿਰ ਕੁਝ ਕੁ ਸਾਨੂੰ ਵੀ ਆਪਦੇ ਘਰੇਲੂ ਕੰਮ ਹੁੰਦੇ ਆ, ਕਈ ਵਾਰੀ ਨਹੀਂ ਵੀ ਆ ਜਾਂਦਾ, ਇਸ ਕਰਕੇ ਇਹਨਾਂ ਦੇ ਫਿਰ ਬੱਚੇ ਨੂੰ ਅਸੀਂ ਕਿਹਾ ਵੀ ਕਾਕਾ ਜੀ ਤੁਸੀਂ ਲਿਆ ਕੇ ਉਹਦੀ ਸੇਵਾ ਕਰੋ। ਬੇਟਾ ਇਹਨਾਂ ਨੂੰ ਜੀ ਆਉਂਦੀ ਹੈ ਜੀ ਕੋਈ?
ਬਾਪੂ ਕਿੱਦਾਂ ਠੀਕ ਹੋ? ਬਾਪੂ ਜੀ ਰੋਟੀ ਪਾਣੀ ਨੀ ਮਿਲਦਾ? ਰੋਟੀਆਂ ਕਿੰਨੇ ਟਾਈਮ? ਦੋ ਟਾਈਮ ਦੋ ਦੋ ਫੁਲਕੇ ਮਿਲ ਜਾਂਦੇ ਆ ਤੇ ਚਾਹ ਪਾਣੀ ਸਾਰਾ ਕੁਛ? ਚਾਹ ਪਾਣੀ ਤਾਂ ਨਾ ਦੇਖੇ, ਚਾਹ ਮਾੜੀ ਹੈ। ਚਾਹ ਮਾੜੀ ਹੈ ਕਹਿੰਦੇ? ਸ਼ੂਗਰ ਹੈ ਨਾ ਮੈਨੂੰ। ਅੱਛਾ ਸ਼ੂਗਰ ਆ ਤੁਹਾਨੂੰ? ਉਹ ਤਾਂ ਫੋਕੀ ਵੀ ਦਿੱਤੀ ਜਾ ਸਕਦੀ ਹੈ ਬਾਪੂ ਚਾਹ ਤਾਂ। ਹਾਂ ਫੋਕੀ ਵੀ ਦਿੱਤੀ। ਤੇ ਪਰ ਤੂੰ ਬਾਪੂ ਕਿੰਨੇ ਟਾਈਮ ਤੋਂ ਇੱਥੇ ਪਿਆ? ਬਹੁਤ ਜਿਹਾ ਹੋ ਗਿਆ ਮੈਨੂੰ ਪੈ ਨੂੰ। ਬਾਪੂ ਜੀ ਤੁਸੀਂ ਕੀ ਚਾਹੁੰਦੇ, ਕੀ ਕਰਨਾ ਚਾਹੀਦਾ ਆਪਾਂ ਨੂੰ ਹੁਣ? ਮੈਂ ਔਖਾ ਬਹੁਤ ਦੱਸੋ, ਨਿਕਲਣਾ ਚਾਹੀਦਾ। ਨਿਕਲਣਾ ਚਾਹੁੰਦੇ ਹੋ ਇਸ ਨਰਕ ਚੋਂ? ਤੇ ਬਾਪੂ ਜੀ ਇਹ ਵਾਕਈ ਅੱਜ ਤੁਸੀਂ ਇਹ ਸਾਬਤ ਕਰਤੀ ਵੀ ਪੁਰਾਣੇ ਬਜ਼ੁਰਗ ਆ ਜਿਹੜੇ ਬੜੀ ਚੀੜੀ ਹੱਡੀ ਦੇ ਆ, ਵੀ ਜੇ ਉਹਨਾਂ ਨੂੰ ਭੁੱਖੇ ਭਾਣੇ ਵੀ ਬੰਦ ਕਰਕੇ ਅੰਦਰ ਰੱਖਿਆ ਜਾਵੇ ਜੀ, ਜਿਵੇਂ ਕਾਲੇ ਪਾਣੀ ਤੋਂ ਵੀ ਜ਼ਿਆਦਾ ਵੱਡੀ ਸਜ਼ਾ ਜੀ ਤੁਹਾਡੀ ਆ ਤਾਂ, ਜਿਹੜੀ ਨਾ ਰੋਟੀ ਪਾਣੀ ਪ੍ਰੋਪਰ ਦਿੱਤਾ ਜਾ ਰਿਹਾ, ਨਾ ਲਾਈਟ ਨਾ ਪੱਖਾ, ਕਿੰਨੀ ਗਰਮੀ ਨਿਕਲ ਕੇ ਗਈ ਆ ਜੀ ਮੂਹਰੇ। ਹਾਂਜੀ ਠੰਡੀ ਹੁੰਦੀ ਆ। ਅੱਛਾ ਜੀ, ਨਹੀਂ ਗਰਮੀਆਂ ਲੰਘ ਕੇ ਗਈਆਂ ਬਾਪੂ ਜਿਹੜੀਆਂ, ਉਹਦੇ ਚ ਵੀ ਨੀ ਸੀ ਲਾਉਂਦੇ? ਉਦੋਂ ਮੈਂ ਇੱਥੇ ਘੱਟ ਹੀ ਪੈਂਦਾ ਸੀ। ਕਿੱਥੇ ਪੈਂਦੇ ਸੀ ਉਦੋਂ? ਉਹ ਬਾਬਾ ਡੇਰੇ ਪੈਂਦਾ ਸੀ। ਨਹੀਂ ਨਹੀਂ, ਇਹ ਦੱਸ ਦੇ ਅੱਠ ਨੌ ਮਹੀਨੇ ਪਹਿਲਾਂ ਤੁਸੀਂ ਇੱਥੇ ਆ ਗਏ ਸੀਗੇ, ਸਾਲ ਹੋ ਗਿਆ ਤੁਹਾਨੂੰ ਇੱਥੇ ਪਿਆ ਨੂੰ। ਤੇ ਸਾਲ ਦੇ ਵਿੱਚ ਤਾਂ ਦੋ ਗਰਮੀਆਂ ਇੱਕ ਸਿਆਲ ਲੰਘ ਗਿਆ ਜੀ। ਕੋਈ ਨਾ ਬਾਪੂ, ਉਹਨੂੰ ਨਾ ਛੇੜੋ ਕੱਪੜੇ ਨੂੰ, ਉਹਨੂੰ ਨਾ ਛੇੜੋ, ਉਹ ਟਕਿਆ ਹੋਇਆ। ਹਾਂ ਹਿਲਾਓ ਨਾ ਉਹਨੂੰ। ਆ ਦੇਖੋ ਜੀ ਸਾਰੇ ਕੱਪੜੇ ਜਿਹੜੇ ਹੈਗੇ ਆ ਬਾਬੇ ਦੇ, ਇਹ ਲੈਟਰੀਨ ਨਾਲ ਲਿਬੜੇ ਹੋਏ ਕੱਪੜੇ ਜੀ, ਟੋਇਲਟ ਨਾਲ ਬਾਬੇ ਦੇ ਪੈਰਾਂ ਦੇ ਉੱਪਰ, ਮੇਰੇ ਕਰਕੇ ਦਿਖਾ ਕੱਕ। ਆ ਲੈਟਰੀਨ ਸਾਰੀ ਮੰਜੇ ਦੇ ਉੱਪਰ ਟੋਇਲਟ ਪਈ ਆ ਜੀ, ਆ ਪੈਰਾਂ ਤੇ ਬਾਬੇ ਜੀ ਲੱਤਾਂ ਤੇ। ਆ ਥੱਲੇ ਦੇਖੋ ਜੀ, ਥੱਲੇ ਦਿਖਾਓ ਕਲਸਾ ਜੀ, ਇਹ ਹੈ ਜੀ ਨਰਕ, ਇਹਨੂੰ ਕਹਿੰਦੇ ਨਕਾਲ ਕੋਠੜੀ, ਜੇਲ੍ਹ ਦੀ। ਜੇਲ੍ਹ ਦੀ ਕਾਲ ਕੋਠੜੀ ਦੇ ਵਿੱਚ ਵੀ ਇੱਕ ਸੁਵਿਧਾ ਦਿੱਤੀ ਜਾਂਦੀ ਹੈ ਜੀ, ਉੱਥੇ ਵੀ ਇੱਕ ਲੈਟਰੀਨ ਬਣੀ ਹੁੰਦੀ ਹੈ ਜੀ। ਤੇ ਪਰ ਇਸ ਬੇਅੰਤ ਸਿੰਘ ਢਿੱਲੋਂ ਨਾਂ ਦੇ ਇਸ ਬਜ਼ੁਰਗ ਦੇ ਨੂੰ ਇਹ ਵੀ ਚੀਜ਼ ਨਹੀਂ ਮਿਲੀ ਜੀ, ਇਹ ਵੀ ਨਸੀਬ ਨਹੀਂ ਹੋਈ ਇਹਦੇ ਪੁੱਤ ਵੱਲੋਂ, ਜਿਹੜਾ ਕਿ 8 ਕਿੱਲਿਆਂ ਦਾ ਮਾਲਕ ਬਜ਼ੁਰਗ। ਤੁਹਾਡੇ ਸਹਿਣ ਕਰਾਏ ਹੋਣਗੇ, ਤੁਸੀਂ ਸਹਿਣ ਕੀਤੇ ਹੋਣਗੇ? ਤੁਹਾਨੂੰ ਸਹਿਣ ਕਰਾ ਲਏ ਸੀ? ਨਹੀਂ ਹੈਗੇ। ਅੱਛਾ, ਤੁਹਾਨੂੰ ਕਿਤੇ ਦਵਾਈ ਵੀ ਨੀ ਦਵਾਉਂਦੇ? ਦਵਾਈ ਬੰਦ ਕਰਕੇ ਸੀਗੇ, ਬੰਦ ਕਰਕੇ। ਤੇ ਇਹ ਆ ਜੀ ਸਾਡੇ ਯਾਨੀ ਕਿ ਅੱਜ ਕੱਲ ਪੰਜਾਬ ਦਾ ਜੀ ਚਿਹਰਾ ਜੀ, ਇਹ ਆ ਜੀ ਸਾਡੀ ਯਾਨੀ ਕਿ ਅੱਜ ਕੱਲ ਜਿਹੜੀ ਵਿਰਾਸਤ ਆ ਸਿੱਖੀ ਦੀ, ਸਾਡੀ ਪੰਜਾਬੀਆਂ ਦੀ, ਇਹ ਆ ਜੀ ਅੱਜ ਦੇਖੋ ਕਿੱਥੇ ਪਹੁੰਚ ਗਈ ਜੀ। ਸਾਰੀ ਉਮਰ ਬਜ਼ੁਰਗ ਨੇ ਸੇਵਾ ਕੀਤੀ ਜੀ, ਕਾਰ ਸੇਵਾ ਦੇ ਵਿੱਚ ਸਾਰੀ ਉਮਰ ਪ੍ਰਸ਼ਾਦਾ ਪਿੰਡਾਂ ਦੇ ਵਿੱਚੋਂ ਗਜਿਆ ਕਰਕੇ ਲਿਆ ਕੇ ਸੰਗਤਾਂ ਨੂੰ ਛਕਾਇਆ ਜੀ, ਪਤਾ ਨੀ ਕਿੰਨੇ ਗਰੀਬਾਂ ਦੇ ਮੂੰਹ ਦੇ ਵਿੱਚ ਦਾਣਾ ਪਾਇਆ ਉਹ। ਤੇ ਪਰ ਆ ਬਜ਼ੁਰਗ ਦੇ ਮੂੰਹ ਦੇ ਵਿੱਚ ਦਾਣਾ ਜਦੋਂ ਪਾਉਣ ਦੀ ਵਾਰੀ ਆਈ ਇਸ ਇਹਨਾਂ ਦੀ ਔਲਾਦ ਦੀ, ਤਾਂ ਇਹਨਾਂ ਨੇ ਵੀ ਦਾਣਾ ਨਾ ਪਾਇਆ। ਦੇਖੋ ਕਿੰਨੀ ਦੁੱਖ ਦੀ ਗੱਲ ਆ। ਇਹ ਸਰਦਾਰ ਬੇਅੰਤ ਸਿੰਘ ਗੁਰਸਿੱਖ ਸੀ ਜੀ? ਹਾਂਜੀ, ਅੰਮ੍ਰਿਤਧਾਰੀ ਜੀ। ਅੰਮ੍ਰਿਤਧਾਰੀ ਸੀ? ਹਾਂਜੀ, ਅੰਮ੍ਰਿਤਧਾਰੀ। ਬਾਪੂ ਅੰਮ੍ਰਿਤਧਾਰੀ, ਤੁਸੀਂ ਕਦੋਂ ਸ੍ਰੀ ਸਾਹਿਬ ਕਾ ਤੋਂ ਲਾਦ ਕਦੋਂ ਲਾਇਆ? ਵਾਹਿਗੁਰੂ ਵਾਹਿਗੁਰੂ। ਸਾਂਭਾ ਕੀ ਜਾਣਾ ਬਾਪੂ, ਹੁਣ ਜਦੋਂ ਸੋਚਣ ਵੀ ਨਾ ਰਹੀ ਕੋਈ। ਹਾਂਜੀ, ਪਾਪ ਹੋ ਗਿਆ ਉਸ ਤੋਂ ਵੀ ਜ਼ਿਆਦਾ। ਹਾਂ, ਤੇ ਬਾਪੂ ਹੋਰ ਕੋਈ ਗੱਲ ਸਾਡੇ ਨਾਲ ਜੇ ਸਾਂਝੀ ਕਰਨੀ ਹੋਵੇ, ਜਿਹੜੀ ਆਪਾਂ ਲੋਕਾਂ ਨੂੰ ਦੱਸ ਸਕੀਏ? ਅੱਜ ਕੱਲ ਹੋਰ ਵੀ ਬਥੇਰੇ ਤੁਹਾਡੇ ਵਰਗੇ ਬਜ਼ੁਰਗ ਆ ਜਿਨ੍ਹਾਂ ਨਾਲ ਆਹੀ ਹਾਲ ਹੋ ਰਿਹਾ, ਸ਼ਾਇਦ ਤੁਹਾਡਾ ਹਾਲ ਦੇਖ ਕੇ ਜਾਂ ਤੁਹਾਡੀ ਗੱਲ ਸੁਣ ਕੇ ਸ਼ਾਇਦ ਉਹਨਾਂ ਦੇ ਪਰਿਵਾਰਾਂ ਨੂੰ ਸਮਝ ਆਵੇ। ਬੇਨਤੀ ਵੀ ਹੈ ਜੀ, ਮੈਨੂੰ ਗੱਲ ਦੱਸੋ ਸਾਡਾ ਸਕੋ। ਠੀਕ ਹੈ ਜੀ, ਹੁਣ ਤਾਂ ਤੁਹਾਨੂੰ ਜੀ ਅਸੀਂ ਪਹਿਲਾਂ ਹਸਪਤਾਲ ਚ ਦਾਖਲ ਕਰਾਵਾਂਗੇ, ਤੁਹਾਡਾ ਇਲਾਜ ਕਰਾਵਾਂਗੇ ਜੀ ਵਾਹਿਗੁਰੂ ਦੀ ਕਿਰਪਾ ਨਾਲ, ਸੱਚੇ ਪਾਤਸ਼ਾਹ ਦੀ ਮਿਹਰ ਨਾਲ। ਤੇ ਸਾਡੀ ਟੀਮ ਆ ਜੀ, ਅਸੀਂ ਲੁਧਿਆਣੇ ਤੋਂ ਆਏ ਆ ਬਾਪੂ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸਾਡੀ, ਇੱਕ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਸੇਵਾ ਚੱਲਦੀ ਆ। ਅਸੀਂ ਤੁਹਾਡੇ ਵਰਗੇ ਬਜ਼ੁਰਗਾਂ ਨੂੰ ਜਾਂ ਜਿਹੜੇ ਸੜਕਾਂ ਤੇ ਪਏ ਹੋਏ ਆ ਬੰਦੇ ਏਦਾਂ ਦੇ ਜਿਹਨਾਂ ਦੇ ਸਿਰ ਚ ਕੀੜੇ ਪਏ, ਕਿਤੇ ਲੱਤ ਚ ਕੀੜੇ ਪਏ ਆ, ਜਿਹੜੇ ਲਵਾਰਸ ਪਏ ਨੇ ਉਹਦੇ ਪੁਲਾਂ ਥੱਲੇ ਬੰਦੇ ਜਾਂ ਕਿਤੇ ਚੌਂਕਾਂ ਚ, ਉਹਨਾਂ ਨੂੰ ਚੱਕ ਕੇ ਲੈ ਕੇ ਆਉਂਦੇ ਆ ਤੇ ਉਹਨਾਂ ਦਾ ਇਲਾਜ ਕਰਾਉਂਦੇ ਆ ਬਾਪੂ। ਤੇ ਅਸੀਂ ਖੇਤ ਦੇ ਵਿੱਚ ਹੀ ਇੱਕ ਜਗ੍ਹਾ ਬਣਾਈ ਹੋਈ ਆ, ਉੱਥੇ ਸਾਡੇ ਕੋਲ 55 ਬੰਦੇ ਰਹਿੰਦੇ ਆ ਏਦਾਂ ਦੇ ਜਿਨ੍ਹਾਂ ਨੂੰ ਅਸੀਂ ਇਲਾਜ ਕਰਵਾਉਂਦੇ ਆ ਠੀਕ ਹੋ ਗਏ ਜਿਹੜੇ। ਤੇ ਹੁਣ ਤੱਕਰ ਅਸੀਂ ਬਾਪੂ 50 ਦੇ ਕਰੀਬ ਬੰਦੇ ਘਰਾਂ 'ਚ ਪਹੁੰਚਾ ਤੇ, ਜਿਨ੍ਹਾਂ ਦੇ ਘਰ ਲੱਭ ਗਏ ਬਾਪੂ ਕੋਈ 8 ਸਾਲਾਂ ਬਾਅਦ, ਕੋਈ 10 ਸਾਲਾਂ ਬਾਅਦ। ਤੇ ਵਾਹਿਗੁਰੂ ਦੀ ਮਿਹਰ ਨਾਲ ਅੱਜ ਸਾਨੂੰ ਪਤਾ ਲੱਗਿਆ, ਬਾਈ ਜੀ ਨੇ, ਸਾਧੂ ਸਿੰਘ ਜੀ ਨੇ, ਬਜ਼ੁਰਗਾਂ ਨੇ ਸਾਨੂੰ ਦੱਸਿਆ, ਤੁਹਾਨੂੰ ਕੱਲ ਮਿਲਣ ਆਏ ਸੀ ਨਾ ਇਹ? ਹਾਂਜੀ, ਤੇ ਫਿਰ ਇਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਅੱਜ ਜਦੇ ਹੀ ਲੁਧਿਆਣੇ ਤੋਂ ਤੁਰੇ ਤੇ ਹੁਣ ਤੁਹਾਡੇ ਕੋਲ ਇੱਥੇ ਪਹੁੰਚੇ ਜੈਤੋਂ ਜੀ। ਤੇ ਇਹ ਜੈਤੋਂ ਸ਼ਹਿਰ ਆ ਜੀ, ਇਤਿਹਾਸਕ ਸ਼ਹਿਰ ਆ ਜੀ ਸਾਡਾ,
ਮੋਰਚਿਆਂ ਲਈ ਮਸ਼ਹੂਰ ਆ ਜੀ ਸ਼ਹਿਰ ਇਹ ਤੇ ਇੱਥੇ ਅੱਜ ਇੱਕ ਆ ਮੋਰਚਾ ਜਾਨੀ ਕਿ ਬਜ਼ੁਰਗ ਇੱਕ ਇਸ ਮੋਰਚੇ ਚ ਹਾਰ ਗਿਆ ਜੀ ਜਿਹਨੇ ਸਾਰੀ ਜ਼ਿੰਦਗੀ ਆਪਦੀ ਜ਼ਿੰਦਗੀ ਦੇ ਮੋਰਚੇ ਤੇ ਪੂਰਾ ਪਹਿਰਾ ਦਿੱਤਾ ਧਰਮ ਦੇ ਨਾਲ ਵੀ ਪੂਰਾ ਖੜੇ ਜੀ ਸਾਰੇ ਪੂਰਾ ਧਰਮ ਤੇ ਨਿਭੇ ਜੀ ਆਪਦੇ ਤੇ ਪ੍ਰਸ਼ਾਦਾ ਤੁਹਾਨੂੰ ਦੱਸਿਆ ਜਿਵੇਂ ਸਾਰੀ ਉਮਰ ਪਿੰਡਾਂ ਦੇ ਵਿੱਚੋਂ ਇਕੱਠਾ ਕਰਕੇ ਛਕਾਇਆ ਤੇ ਹਾਂਜੀ ਬਾਪੂ ਕੋਈ ਨਾ ਤੇ ਨਾਲੇ ਆਪਦੇ ਪਰਿਵਾਰ ਲਈ ਵੀ ਪੂਰਾ ਨਿਭੇ ਜੀ ਬੱਚਿਆਂ ਨੂੰ ਵੀ ਪਾਲਿਆ ਪੜਾਇਆ ਸਾਰਾ ਕੁਛ ਕੀਤਾ ਅੱਜ ਘਰ ਬਾਰ ਬਣਿਆ ਹੋਇਆ 8 ਕਿੱਲੇ ਜ਼ਮੀਨ ਦਾ ਮਾਲਕ ਆ ਜਿਹਨੇ ਇੱਕ ਸਿਆੜ ਨੂੰ ਗਵਾਇਆ ਨੀਗਾ ਬੱਚਿਆਂ ਦੀ ਕੋਈ ਜ਼ਿੰਦਗੀ ਚ ਨਸ਼ਾ ਨੀ ਕੀਤਾ ਸਾਰੀ ਉਮਰ ਗੁਰਸਿੱਖ ਰਹੇ ਅੱਜ ਇਸ ਗੁਰਸਿੱਖ ਦਾ ਕੀ ਹਾਲ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਸਾਡੀਆਂ ਕਮੇਟੀਆਂ ਸ਼੍ਰੋਮਣੀ ਕਮੇਟੀ ਸਾਡੀ ਐਸ ਜੀ ਪੀ ਸੀ ਕਿੱਥੇ ਚਲੇ ਗਏ ਜੀ ਕਿੱਥੇ ਉਹ ਖਤਮ ਹੋ ਗਈ ਹੈ ਜੀ ਕਿੱਥੇ ਸਾਡਾ ਧਰਮ ਪ੍ਰਚਾਰ ਕਮੇਟੀਆਂ ਸਾਡਾ ਕਿੱਥੇ ਚਲੇ ਗਿਆ ਸਾਰਾ ਸਿਸਟਮ ਜੀ ਤੁਸੀਂ ਕਿਸੇ ਗਿਰਜਾ ਘਰ ਚ ਕਿਸੇ ਉਹਦੇ ਜਾ ਕੇ ਦੇਖ ਲਓ ਜੀ ਮਸਜਿਦਾਂ ਦੇ ਵਿੱਚ ਉੱਥੇ ਹਰ ਚੀਜ਼ ਧਰਮ ਦੇ ਨਾਲ ਰਿਲੇਟਡ ਪੜ੍ਹਾਈ ਜਾਂਦੀ ਹੈ ਸਿਖਾਈ ਜਾਂਦੀ ਹੈ ਸਮਝਾਈ ਜਾਂਦੀ ਆ ਕਿੰਨਾ ਲਿਟਰੇਚਰ ਆ ਜਿਹੜਾ ਉਹ ਪਿੰਡਾਂ ਦੇ ਵਿੱਚ ਵੰਡਦੇ ਆ ਜੀ ਤੁਸੀਂ ਕ੍ਰਿਸਚਨ ਦੇਖੋਗੇ ਤੁਸੀਂ ਅੱਜ ਚਲੇ ਜਾਓ ਬਾਬਾ ਜੀ ਕਹਿਣ ਜੀ ਅੱਜ ਗਿਰਜਾ ਘਰ ਚ ਅਪਰੋਚ ਕਰਨ ਉਹ ਕਹਿਣਗੇ ਧਰਮ ਬਦਲੋ ਸਾਡਾ ਤੇ ਤੁਹਾਨੂੰ ਸਾਰਾ ਖਰਚਾ ਸਾਡਾ ਦੇਊਗੇ ਇਲਾਜ ਆਜੋ ਬਾਈ ਜੀ ਹਾਂਜੀ ਆਜੋ ਤੁਹਾਨੂੰ ਸਮੈਲ ਨੀ ਆਉਂਦੀ ਸਾਨੂੰ ਵੀ ਨੀ ਆਉਂਦੀ ਸਮੈਲ ਮੁਸ਼ਕ ਨੀ ਆਉਂਦਾ ਵਾਲਾ ਤੁਹਾਡਾ ਤੁਹਾਡਾ ਕੀ ਲੱਗਦਾ ਜੀ ਤੁਹਾਡਾ ਕੀ ਨਾਂ ਜੀ ਮੇਰੀ ਤੂੰ ਬਾਲੀਆਂ ਸੁਣਾਉਣ ਜੋਗਾ ਨਹੀਂ ਹੈਗਾ ਤੂੰ ਵੀਰੇ ਤੂੰ ਮੇਰੀ ਸੁਣ ਜਦੋਂ ਤੂੰ ਛੋਟਾ ਹੁੰਦਾ ਸੀ ਤੂੰ ਲੈਟੀ ਨਾਲ ਲਿਬੜਿਆ ਭੱਜ ਲੈਂਦਾ ਸੜਕ ਤੈਨੂੰ ਜਾਂ ਪਰ ਸਕੂਲ ਲੈ ਜਾਂਦਾ ਸੀ ਜਾਂ ਤੂੰ ਕੁਛ ਖਾਂਦਾ ਨੀ ਸੀ ਰੋਟੀ ਦਿੰਦੇ ਆ ਤੈਨੂੰ ਫੜ ਫੜ ਕੇ ਲਿਆਉਂਦਾ ਸੀ ਕਿ ਨਹੀਂ ਇਹ ਕਿਹੜੀ ਗੱਲ ਕਰਤੀ ਜਮੀਰ ਸਿਆ ਫੇਰ ਕੀ ਹੋ ਗਿਆ ਹੁਣ ਵੀਰੇ ਗੱਲ ਸੁਣ ਮੇਰੀ ਇੱਕ ਧਿਆਨ ਨਾ ਮੇਰੀ ਗੱਲ ਸੁਣ ਲੈ ਧਿਆਨ ਨਾ ਜਿਹੜੀ ਗਲਤੀ ਨੂੰ ਮੰਨੀ ਦਾ ਹੁੰਦਾ ਤੇਰਾ ਪਿਓ ਆ ਮਿਹਨਤੀ ਆ ਤੇ ਇਸ ਤੋਂ ਵੀ ਮੈਂ ਤੁਹਾਨੂੰ ਦੱਸਣਾ ਗੱਲ ਬੋਲਾ ਇਹਨੂੰ ਪੁੱਛ ਮੈਂ ਕੋਲੇ ਆਂਦਾ ਰਿਹਾ ਅਸੀਂ 2 ਕਿੱਲੇ ਨਾਲ ਲਵਾ ਦੇ ਫਲਾਨੇ ਆ 2 ਕਿੱਲੇ ਨਾਲ ਲਵਾ ਦੇ ਮਾਂ ਦੂਜੇ ਪੁੱਤ ਨੀ ਗੇ ਕੋਈ ਆਂਦੇ ਸੀ ਰੇਤੇ ਆਂਦੇ ਸੀ ਭੂਆ ਦਾ ਮੁੰਡਾ ਆਉਂਦਾ ਸੀਗਾ ਉਹ ਕੀ ਕਰਦਾ ਸੀਗਾ ਚੱਲ ਮੇਰੇ ਨਾਲ ਚੱਲ ਮੇਰੇ ਕੋਲ ਇਹ ਚੱਲਦਾ ਸੀ ਹੁਣੇ ਹੁਣੇ ਮੁੜ ਕੇ ਚੱਲਣ ਵਾਲੇ ਜਾਣ ਨੀ ਦਿੱਤਾ ਫਿਰ ਮੁੜ ਕੇ ਜਾਣ ਨੀ ਦਿੱਤਾ ਇਹੀ ਕੰਮ ਸੀਗੇ ਅੰਗੂਠਾ ਲਵਾਵਾਂਗੇ ਤੇ ਸੱਟ ਜਾਗੇ ਬਿਲਕੁਲ ਠੀਕ ਆ ਜੀ ਇਹੀ ਗੱਲਾਂ ਸੀਗੀਆਂ ਚਲੋ ਇਹ ਮੰਨ ਗਏ ਜੀ ਗੱਲ ਹੋ ਸਕਦਾ ਰਿਸ਼ਤੇਦਾਰ ਤੁਹਾਡੇ ਲਾਲਚ ਕਰਦੇ ਹੋਣ ਪਰ ਕੀ ਤੁਸੀਂ ਸਹੀ ਕੀਤਾ ਫਿਰ ਤੁਹਾਨੂੰ ਤਾਂ 8 ਕਿੱਲੇ ਆ ਗਏ ਨਾ ਹੁਣ 8 ਕਿੱਲੇ ਤੋਂ ਮੇਰਾ ਹੋਰ ਆ ਭਤੀਜਾ ਮੇਰਾ 8 ਕਿੱਲੇ ਦਾ ਨਾ ਗਏ ਮੈਨੂੰ ਤਾਂ ਉਹੀ ਆਉਣੀ ਆ ਮੈਂ ਤਾਂ ਉਹਦਾ ਰਸਾ ਮੇਰਾ ਵੀਰ ਤੇਰਾ ਪਿਓ ਤਾਂ ਹੈ ਨਾ ਸਾਨੂੰ ਤਾਂ ਪਿੱਛੇ ਬਿਆਨ ਸਿੰਘ ਹੀ ਲਿਖਦਾ ਤੂੰ ਹਾਂ ਹਾਂ ਅਜਮੇਰ ਸਿੰਘ ਸਾਨੂੰ ਬਿਆਨ ਸਿੰਘ ਤੇਰੀ ਬੈਂਕ ਵਾਲੀ ਕਾਪੀ ਤੇ ਹਰੇ ਪਾਸੇ ਇਹੀ ਲਿਖਿਆ ਹੋਊ ਤੇ ਉਹ ਜਾਂ ਤਾਂ ਮਟੇ ਦੇ ਯਾਰ ਜਾਂ ਤਾਂ ਮਟੇ ਦੇ ਯਾਰ ਮਾੜਾ ਵਾ ਬੰਦਾ ਸੀ ਕਹਿੰਦਾ ਤੂੰ ਕਹਿੰਦਾ ਮਾੜਾ ਨਾ ਕੀ ਤੈਨੂੰ ਲੰਬੇ ਰੋ ਜਾਂਦੇ ਬਈ ਲੰਬੇ ਰੋ ਜਾਂਦੇ ਸੀ ਹੋਰ ਕਰਦਾ ਸੀ ਗੁਰਦਾਰੇ ਚ ਲੰਬੇ ਆਏ ਤੇ ਕੁੱਤੀ ਦੀਆਂ ਬੁੜੀਆਂ ਨੂੰ ਜੋ ਹੁਣ ਤੈਨੂੰ ਆਦਮਾ ਤੂੰ ਮੂੰਹ ਖਾਣ ਚੋਗਰਾ ਹੋ ਜਾਏਗਾ ਪਿਓ ਜੇ ਤੇਰਾ ਪਿਓ ਤੇਰਾ ਲਾਂਭਾ ਤੇਰੇ ਲੈ ਕੇ ਆਵੇ ਉਹ ਮੇਰੀ ਗੱਲ ਸੁਣ ਲੈ ਜੇ ਤੂੰ ਲਾਂਭੇ ਛੋਟਾ ਹੁੰਦਾ ਲੈ ਕੇ ਆਉਂਦਾ ਸੀ ਤੇਰਾ ਮੈਂ ਇਹਦਾ ਲਾਂਭਾ ਉਖਾ ਦੇ ਮੈਂ ਅਫਸਰ ਬਣਾ ਦੂੰ ਹੋਰ ਦੱਸ ਹੁਣ ਵੜ ਦੇ ਕੁਰਬਾਨ ਨਾ ਲੈ ਹੱਥ ਬਾਣ ਲੈ ਕੇ ਵੜ ਦੇ ਜੇ ਤੇਰਾ ਕੋਈ ਲਾਂਭਾ ਗਿਆ ਗੱਲ ਤਾਂ ਸੁਣਾਈ ਜੀ ਸੁਭਾਈ ਜੀ ਆ ਗੱਲ ਸੁਣਾਈ ਹੁਣ ਕਿਹੜਾ ਦੇ ਰਹਾ ਤਾਂ ਹੋਰੇ ਨਾ ਗੱਲ ਕਰ ਸਾਡੇ ਨਾਲ ਆ ਹਾਲਾਤ ਜਿਹੜੇ ਬਾਪ ਤੇ ਮੈਂ ਕੀ ਕਰਾਂ ਹੁਣ ਬੜਾ ਹੋਇਆ ਜਾਦੇ ਮਸਟਾਰਡ ਮਾਰਦੇ ਜਵਾਕ ਵੀ ਮੈਂ ਤਾਂ ਨਹਾਉਂਦਾ ਵੀ ਤੂੰ ਆਉਂਦਾ ਮੈਂ ਹੀ ਰਿਹਾ ਨੂੰ ਸੁਣੋ ਮੇਰੀ ਗੱਲ ਹੁਣ ਆ ਹੁਣ ਹੀ ਆਪਾਂ ਸਾਡੇ ਨਾਲ ਹੋਰ 10 ਦਿਨ ਹੋ ਗਿਆ ਨੂੰ ਆਇਆ ਨਹੀਂਗਾ ਅਸੀਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਕੇਂਦਰ ਚਲਾਉਂਦੇ ਹਾਂ ਅਸੀਂ ਇੱਦਾਂ ਦੇ ਬਜ਼ੁਰਗਾਂ ਨੂੰ ਸਾਂਭਦੇ ਉਹਨਾਂ ਦਾ ਇਲਾਜ ਕਰਾਉਂਦੇ ਹਾਂ
ਮੇਰੇ ਧਿਆਨ ਨਾਲ ਗੱਲ ਸੁਣ ਲਈ ਦੋ ਲਫ਼ਜ਼ਾਂ 'ਚ ਮਗਾ ਲੈਣੀ ਆਪਾਂ ਇਸ ਬਜ਼ੁਰਗ ਨੂੰ ਅਸੀਂ ਦਾਖਲ ਕਰਾਉਣ ਲੱਗੇ ਹਾਂ ਹਸਪਤਾਲ ਦੀ ਚੱਕ ਕੇ ਗੱਲ ਅੱਜ ਦੇ ਹਾਲਾਤ ਦੀ ਆ ਇਹ ਬਜ਼ੁਰਗ ਭੁੱਖਾ ਮਰਦਾ ਰੋਟੀ ਨੀ ਪ੍ਰੋਪਰ ਮਿਲਦੀ ਬਾਹਰ ਕੱਢ ਕੇ ਪਾਈ ਉੱਥੇ ਅੱਜ ਸ਼ਾਮ ਚਲੋ ਅੱਛਾ ਆਖਣਗੇ ਜਿਵੇਂ ਮਰਜ਼ੀ ਇਹ ਤਾਂ ਏਡੀ ਵੱਡੀ ਸੰਸਥਾ ਨਾ ਆ ਤਾਂ ਤੇਰਾ ਤੇਰੀ ਫੈਲ ਸਕਦੀ ਇਹਦੇ ਵਿਚਾਰੇ ਦੀ ਸੌਖੀ ਜਾਨ ਨਿਕਲ ਗਈ ਪੁੱਤ ਆਹ ਗੱਲ ਹੈ ਮੈਨੂੰ ਮੈਂ ਲੱਤ ਕਰਦਾ ਯਾਰ ਕੋਈ ਨੀ ਬੈਠਾ ਰਹਿੰਦੇ ਕੋਈ ਗੱਲ ਨੀ ਕੀ ਕਰਨਾ ਦੇ ਸ਼ਹਿਰੇ ਹੈਗੇ ਰੱਖੇ ਲਿਬੜ ਜਾਂਦੇ ਮੇਰੀ ਗੱਲ ਸੁਣ ਲਾ ਬਾਈ ਲਿਬੜਿਆ ਹੋਇਆ ਮੈਂ ਕਹਿੰਦਾ ਮੈਂ ਕੋਈ ਪੁੱਛ ਲੂ ਬਾਹਰ ਨਿਕਲੂ ਪੁੱਛਣਾ ਛੱਡਦੇ ਮੈਂ ਭਾਈ ਆਉਣਾ ਦਵਾਂਗਾ ਜਿਵੇਂ ਮਰ ਤੂੰ ਮਰਜ਼ੀ ਕਰ ਲਓ ਮਰ ਜੇ ਭਾਵੇਂ ਮੈਂ ਮਰ ਜਾ ਮੇਰੀ ਗੱਲ ਮੈਂ ਮਰ ਜਾ ਰੱਖ ਲਾ ਇੱਥੇ ਰੱਖ ਲਾ ਉਰੇ ਰੱਖ ਲਾ ਬਾਬੇ ਨੂੰ ਪੁੱਛ ਕੀ ਕਹਿੰਦਾ ਬਾਬਾ ਕੀ ਕਰਨਾ ਦੱਸ ਬਈ ਹੈਂ ਹੈ ਕਿੱਥੇ ਜਾਣਾ ਤੂੰ ਦੱਸ ਇੱਥੇ ਅੰਦਰ ਹੀ ਰਹਿਣਾ ਹਾਂ ਜਿੱਥੇ ਇਲਾਜ ਹੋਊਗਾ ਉੱਥੇ ਜਾਣਾ ਚਲੋ ਇਲਾਜ ਕਰਾਉਣੇ ਪਹਿਲਾਂ ਤੁਹਾਡਾ ਯਾਰ ਬਾਈ ਹੁਣ ਤੁਸੀਂ ਉਹ ਗੱਲ ਸੁਣੀ ਨਹੀਂ ਮੇਰੇ ਨਾਲ ਬਾਤ ਨਹੀਂ ਕਰਨੀ ਸਾਡੇ ਨਾਲ ਮੈਂ ਤੁਹਾਨੂੰ ਇਹ ਗੱਲ ਫਿੱਟ ਬਾਈ ਰਾਈਟਾ ਮੈਨੂੰ ਸਕੀਰੀਆਂ ਨਾਲ ਹੱਦ ਲੈਣ ਨੇ ਮੈਂ ਤੁਹਾਨੂੰ ਦੱਸਦਾ ਬਾਈ ਮੈਂ ਤੁਸੀਂ ਉਹੀ ਗੱਲ ਕਰੀ ਮੇਰੇ ਨਾਲ ਧੱਕਾ ਤੁਸੀਂ ਕਰਦੇ ਹੋ ਮੇਰੀ ਸਕੀਰੀਆਂ ਪਹਿਲਾਂ ਕਿੱਥੇ ਗਈਆਂ ਤੇਰੀਆਂ ਤੇ ਉਹ ਸਕੀਰੀਆਂ ਨਾਲ ਮੈਨੂੰ ਕਿਉਂ ਧੱਕਾ ਕਰਦੇ ਹੋ ਮੇਰੇ ਨਾਲ ਮੈਂ ਦੱਸ ਕੀ ਕਰ ਸਕਦਾ ਨਾਲ ਬੈਠ ਹਸਪਤਾਲ ਚੱਲ ਸਾਡੇ ਨਾਲ ਚੱਲ ਤੈਨੂੰ ਕਿਤੇ ਛੱਡ ਕੇ ਐ ਨਹੀਂ ਜਾਣਾ ਮੈਂ ਇਹਨੂੰ ਹੁਣ ਨਵਾ ਤੋ ਆ ਕੇ ਕਰ ਲੂੰ ਫਿਰ ਲੈ ਜੂ ਐ ਨਵਾਉਣ ਨੂੰ ਤੂੰ ਇੰਨੇ ਦਿਨਾਂ ਨਾਲ ਨਵਾਇਆ ਨਹੀਂ ਸਾਰਾ ਪਿੰਡ ਦੇ ਇਹਦਾ ਬਾਈ ਦੱਸੋ ਇਹ ਕੀ ਸੇਵਾ ਕਰਦਾ ਸੀ ਜੀ ਇਹ ਦੱਸੋ ਕਿਹੜਾ ਬਲਾ ਬੰਦਾ ਕਿਹੜਾ ਬੁਲਾਉਣਾ ਤੂੰ ਯਾਰ ਤੁਸੀਂ ਉਹੀ ਆਪਣੇ ਪਿਓ ਨੂੰ ਜਾਨਵਰਾਂ ਵਾਂਗੂ ਅੰਦਰ ਰੱਖਿਆ ਹੋਇਆ ਤੂੰ ਬੰਦਿਆਂ ਵਾਲੀ ਗੱਲ ਕਰ ਮੈਨੂੰ ਮਾਰ ਦੇ ਦੀ ਹੈ ਮੈਂ ਜਾ ਵੀ ਨਹੀਂ ਲੈਣੀ ਆ
ਬਜ਼ੁਰਗ ਦੀਆਂ ਮਰੇ ਹੋਈਆਂ ਜ਼ਮੀਨਾਂ ਨੀ ਖਾਂਦੇ ਅਸੀਂ ਸਮਝ ਗਏ ਨਾ ਜ਼ਮੀਨਾਂ ਨੂੰ ਪੈਂਦੇ ਸੀ ਮੇਰੀਆਂ ਨੂੰ ਤਾਂ ਕਰਕੇ ਆਉਂਦਾ ਸੀ ਹੋਰ ਕੋਈ ਗੱਲ ਮਰੇ ਹੋ ਜਾ ਮੈਂ ਕਹਿੰਦਾ ਚੱਲ ਕੇ ਵੀਰੇ ਅਸੀਂ ਡੇਰੇ ਤੇ ਖੜਦੇ ਆ ਥੱਲੇ ਬਹਿ ਕੇ ਨਾ ਸਿਰ ਥੱਲੇ ਹੱਥ ਦੇ ਲਾ। ਕੋਈ ਸਾਨੂੰ ਪਿਆਰ ਨਹੀਂ ਚਾਹੀਦਾ, ਕੋਈ ਸਾਨੂੰ